ਸਤਿ ਸ਼੍ਰੀ ਅਕਾਲ ਜੀ ਸਾਰੇ ਗਰੁੱਪ ਮੈਂਬਰਸ ਨੂੰ ਸਰ ਮੈਂ ਮਨਦੀਪ ਸਿੰਘ ਗੰਗਨਗਰ ਰਾਜਸਥਾਨ ਇੰਡੀਆ ਤੋਂ ਬੋਲਦਾ ਸਰ ਸਭ ਤੋਂ ਪਹਿਲਾਂ ਤੁਹਾਡੇ ਜੁੜੇ ਲੈਕਚਰ ਹੁੰਦੇ ਹੈਲਪਫਲ ਹੁੰਦੇ ਸਾਡੇ ਲਈ ਬਹੁਤ ਉਸ ਤੋਂ ਸਭ ਤੋਂ ਬਹੁਤ ਪਹਿਲਾਂ ਪਹਿਲਾਂ ਤੁਹਾਨੂੰ ਸ਼ੁਕਰਗੁਜ਼ਾਰਾਂ ਤੁਹਾਡਾ ਸਰ ਮੈਂ ਜਾਣਨਾ ਚਾਹੁੰਦਾ ਸੀ ਜਿਵੇਂ ਬੱਕਰੀ ਚਰਾਈ ਵਾਲਾ ਤੁਸੀਂ ਦੱਸਿਆ ਤੇ ਇਹ ਮੰਨ ਲਓ ਆਪਣੇ ਬਿਜਾਈ ਤੋਂ ਕਿੰਨਾ ਟਾਈਮ ਬਾਅਦ ਇਹਨਾਂ ਚਰਾਈ ਕਰਨੀ ਚਾਹੀਦੀ ਹੈ ਠੀਕ ਹੈ ਮਨਦੀਪ ਜੀ ਹੈ ਟਾਈਮ ਤਾਂ ਨਹੀਂ ਦੱਸ ਸਕਦਾ ਮੈਂ ਤੁਹਾਨੂੰ ਇੱਕ ਨੁਕਤਾ ਦੱਸ ਰਿਹਾ ਹਾਂ ਉਹਦੇ ਤੇ ਤੁਸੀਂ ਅਮਲ ਕਰਨਾ ਨੁਕਤਾ ਇਹ ਹੈਗਾ ਕਿ ਨਾਲੀ ਨਹੀਂ ਪੈਣ ਦੇਣੀ ਬੂਟਾ ਜਿਹੜਾ ਹੈ ਕਣਕ ਦਾ 6 ਇੰਚ ਤੋਂ ਉੱਚਾ ਨਾ ਹੋਵੇ ਜਨਵਰੀ ਤਾਈਂ ਜਨਵਰੀ ਤਾਈਂ ਬੂਟਾ ਇੱਕ ਗਿੱਠ ਤੋਂ ਉੱਚਾ ਨਾ ਹੋਵੇ ਨਾਲੀ ਨਹੀਂ ਪੈਣ ਦੇਣੀ ਨਾਲੀ ਜਦੋਂ ਥੋੜੀ ਜਿਹੀ 5-6 ਇੰਚ ਦਾ ਬੂਟਾ ਹੋਵੇ ਉਦੋਂ ਕਰਾਈ ਕਰ ਦੋ ਚਰਾਈ ਕਰ ਦੋ ਮਲਚਿੰਗ ਕਰ ਦੋ ਉਹਦੀ ਠੀਕ ਹੋ ਗਿਆ ਤਾਕੇ ਬੂਟਾ ਜਿਹੜਾ ਹੈ ਜੜ ਮਾਰੇ ਆਪਣਾ ਜੜ੍ਹਾਂ ਬਣਾਵੇ ਔਰ ਫਿਰ ਜਾ ਕੇ ਜਦੋਂ ਜਦਵਰੀ ਦੇ ਵਿੱਚ ਮੌਸਮ ਖੁੱਲਣ ਲੱਗੇ ਤੇ ਫਿਰ ਤੁਸੀਂ ਉਹਨੂੰ ਖੁੱਲਾ ਛੱਡ ਦੇਣਾ ਫਿਰ ਉਹ ਜਨਾਬ ਉਹ ਜੜੇ ਨੇ ਆਪਣੀ ਗ੍ਰੋਥ ਕਰੇ ਔਰ ਆਪਣੇ ਸਿੱਟੇ ਚੁੱਕੇ ਔਰ ਆਪਣੇ ਸਿੱਟੇ ਨੂੰ ਪਗਾਵੇ ਤੇ ਬਸ ਇਹਦੀ ਇਹ ਹੀ ਨਿਸ਼ਾਨੀ ਹੈਗੀ ਆ ਕਿ ਤੁਸੀਂ ਇਹਦੇ ਚ ਨਾਲੀ ਨਹੀਂ ਪੈਣ ਦੇਣੀ 6 ਇੰਚ ਤੋਂ ਵੱਧੋਂ ਜਦੋਂ ਬੂਟਾ ਹੋਏਗਾ ਉਦੋਂ ਨਾਲੀ ਪੈਣੀ ਸ਼ੁਰੂ ਹੋ ਸਕਦੀ ਹੈ ਸੋ 6 ਇੰਚ ਤੋਂ ਉੱਤੇ ਨਹੀਂ ਵਧਣ ਦੇਣਾ ਤੁਸੀਂ ਬੂਟੇ ਨੂੰ